ਮੈਨੂੰ ਨਹੀਂ ਪਤਾ ਵੀ ਮੈਂ ਠੀਕ ਹਾਂ ਜਾਂ ਕਿੱਦਾਂ ਦਾ ਜਾਂ ਕਿੱਦਾਂ ਦਾ ਨਹੀਂ, ਪਰ ਜਿੱਦਾਂ ਦਾ ਵੀ ਤੁਸੀਂ ਅਕਸੈਪਟ ਕੀਤਾ ਕਿਸੇ ਲਈ ਮਾੜਾ ਕਿਸੇ ਲਈ ਚੰਗਾ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਨਿੰਜਾ ਇੱਕ ਅਜਿਹਾ ਪੰਜਾਬੀ ਸਿੰਗਰ ਤੇ ਐਕਟਰ ਜਿਸ ਦੀ ਆਉਂਦੇ ਸਮੇਂ ਸਾਨੂੰ ਫਿਲਮ ਵੇਖਣ ਨੂੰ ਮਿਲੇਗੀ ਜ਼ਿੰਦਗੀ ਜ਼ਿੰਦਾਬਾਦ। ਨਿੰਜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ ਦੇ ਵਿੱਚ ਨਿੰਜਾ ਕਾਫੀ ਹੈਰਾਨ ਨਜ਼ਰ ਆ ਰਹੇ ਨੇ। ਕੀ ਹੈ ਨਿੰਜਾ ਦੀ ਇਸ ਹੈਰਾਨਗੀ ਦਾ ਕਾਰਨ, ਤੁਸੀਂ ਖੁਦ ਹੀ ਵੇਖੋ ਇਸ ਰਿਪੋਰਟ ਦੇ ਵਿੱਚ। ਇਹ ਵੀਡੀਓ ਨਿੰਜਾ ਨੇ ਆਪਣੇ ਸਨੈਪਚੈਟ ਦੇ ਉੱਤੇ ਪੋਸਟ ਕੀਤੀ ਹੈ। ਇਸ ਵੀਡੀਓ ਵਿੱਚ ਨਿੰਜਾ ਨੇ ਦੱਸਿਆ ਕਿ ਉਹ ਆਪਣੇ ਫੈਨ ਦੇ ਪਿਆਰ ਜਤਾਉਣ ਦੇ ਤਰੀਕੇ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਪਾ ਰਹੇ। ਕੀ ਸੀ ਉਹ ਤਰੀਕਾ ਨਿੰਜਾ ਦੇ ਫੈਨ ਦਾ ਨਿੰਜਾ ਲਈ ਪਿਆਰ ਜਤਾਉਣ ਦਾ, ਤੁਸੀਂ ਖੁਦ ਹੀ ਦੇਖੋ ਇਸ ਵੀਡੀਓ ਦੇ ਵਿੱਚ। ਗਾਇਜ਼, ਇੱਕ ਗੱਲ ਜਿਹੜੀ ਬਹੁਤ ਹੀ ਅੱਜ ਖੂਬਸੂਰਤ ਮੇਰੀ ਜ਼ਿੰਦਗੀ ਦੇ ਵਿੱਚ ਗੱਲ ਹੋਈ ਆ, ਮੈਂ ਉਹਨਾਂ ਨਾਲ ਸ਼ੇਅਰ ਕਰਨੀ ਚਾਹੁੰਦਾ। ਅਤੇ ਮੈਨੂੰ ਬਹੁਤ ਜਣੇ ਪਿਆਰ ਕਰਦੇ ਨੇ, ਬਹੁਤ ਜਣੇ ਨਫ਼ਰਤ ਕਰਦੇ ਨੇ, ਮੈਨੂੰ ਨਹੀਂ ਪਤਾ ਵੀ ਕੌਣ ਕਿੱਦਾਂ ਕਿਵੇਂ। ਪਰ ਜੋ ਅੱਜ ਮੈਂ ਚੀਜ਼ ਮੇਰੇ ਤੱਕ ਪਹੁੰਚੀ ਔਰ ਜੋ ਚੀਜ਼ ਦੇਖੀ ਆ, ਉਹ ਚੀਜ਼ ਮੇਰੇ ਲਈ ਸਭ ਤੋਂ ਬੈਸਟ ਕਿਸੇ ਦੇ ਦਿਲ ਦੇ ਵਿੱਚ ਜਗ੍ਹਾ ਬਣਾਉਣੀ। ਅਤੇ ਉਹਦਾ ਇੱਕ ਜਿਹਨੂੰ ਕਹਿੰਦੇ ਵੀ ਇੱਕ ਵੀ ਪਿਆਰ ਦਾ ਇਜ਼ਹਾਰ ਉਸ ਬੰਦੇ ਨੇ ਕਿੱਦਾਂ ਕੀਤਾ, ਉਹ ਮੈਂ ਤੁਹਾਨੂੰ ਨੈਕਸਟ ਸਟੈਪ ਦੇ ਵਿੱਚ ਜ਼ਰੂਰ ਪਾ ਕੇ ਦੱਸੂੰਗਾ। ਅਤੇ ਲਵ ਯੂ ਗਾਇਜ਼, ਥੈਂਕ ਯੂ ਸੋ ਮੱਚ। ਮੈਨੂੰ ਨਹੀਂ ਪਤਾ ਵੀ ਮੈਂ ਠੀਕ ਹਾਂ ਜਾਂ ਕਿੱਦਾਂ ਦਾ ਜਾਂ ਕਿੱਦਾਂ ਦਾ ਨਹੀਂ, ਪਰ ਜਿੱਦਾਂ ਦਾ ਵੀ ਤੁਸੀਂ ਅਕਸੈਪਟ ਕੀਤਾ ਕਿਸੇ ਲਈ ਮਾੜਾ ਕਿਸੇ ਲਈ ਚੰਗਾ, ਪਰ ਜਦ ਤੱਕ ਤੁਸੀਂ ਸਪੋਰਟ ਕਰਦੇ ਹੋ ਆਈ ਥਿੰਕ ਮੈਨੂੰ ਲੱਗਦਾ ਵੀ ਜ਼ਿੰਦਗੀ ਜ਼ਿੰਦਾਬਾਦ ਹੀ। ਕੀਤਾ ਗਿਆ ਉਸਦੇ ਫੈਨ ਵੱਲੋਂ ਪਿਆਰ ਦਾ ਇਜ਼ਹਾਰ, ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਅਤੇ ਨਵੇਂ ਦੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ। ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਸਵੇਰਾ ਦਾ ਟਾਕ।